ਮੈਂ ਇੱਥੇ ਮੈਂ ਦੱਸ ਕਿਹੜੇ ਪਿੰਡੋਂ ਕੀਤੀਆਂ ਚੋਰੀ? ਕਿਹੜਾ ਮੈਂ ਇੱਥੇ ਮੈਂ ਦੱਸ ਕਿਹੜੇ ਪਿੰਡੋਂ ਕੀਤੀਆਂ ਚੋਰੀ? ਕਿਹੜਾ ਕਿਹੜਾ ਸਰੰਗੜਾ? ਇਹ ਕਿੱਥੇ ਪੈਂਦਾ? ਕਿਹੜਾ? ਗੱਗਰ ਮਲ ਪੰਡੋਰੀ। ਗੱਗਰ ਮਲ ਪੰਡੋਰੀ ਇੱਕ ਗੱਗਰ ਮਲ ਪੰਡੋਰੀ ਤੇ ਦੂਜਾ ਕਿੱਥੋਂ ਗਿਆ? ਕਦੋਂ ਚੋਰੀ ਕੀਤੀਆਂ ਸੀ? ਪਹਿਲਾਂ ਚੋਰੀ ਕੀਤੀਆਂ ਸੀ। ਕਿੰਨਾ ਚਿਰ ਹੋ ਗਿਆ? ਕਿੰਨਾ ਚਿਰ ਹੋ ਗਿਆ? ਮੈਂ ਤੁਹਾਨੂੰ ਬਹਿ ਜਾ ਚੁੱਪ ਕਰਕੇ ਦੱਸ ਕਿੰਨਾ ਚਿਰ ਹੋ ਗਿਆ? ਕਿੰਨਾ ਚਿਰ ਹੋ ਗਿਆ? ਦੱਸ। ਦੋ ਮਹੀਨੇ ਹੋ ਗਏ ਸਾਰੰਗੜੇ ਪਿੰਡ ਚੋਂ। ਇੱਕ ਮਿੰਟ ਇੱਕ ਮਿੰਟ, ਕਿੰਨੀਆਂ ਮੱਝਾਂ ਚੋਰੀ ਕੀਤੀਆਂ ਸੀ? ਹੈਂ? ਦਸ ਮੱਝਾਂ। ਇੱਕੋ ਘਰੋਂ? ਪੱਕਾ? ਸਾਰੰਗੜਾ ਪਿੰਡ ਕਿੱਥੇ ਪੈਂਦਾ? ਗਾਗਰ ਮਲ ਪੰਡੋਰੀ ਕਤੋਰਾ। ਇਹ ਕਿੱਥੇ ਕੁ ਪੈਂਦਾ? ਸਾਰੰਗੜਾ ਲੋਪੋ ਕੀ ਜਗਾਵਾਂ ਦੇ ਕੋਲ। ਸਰਪੰਚ ਦਾ ਨੰਬਰ ਮੈਂ ਕੱਢ ਲਿਆ ਵਾ, ਦੱਸ ਕਿੰਨਾ ਦੇ ਘਰੋਂ ਕੀਤੀਆਂ? ਰਾਤ ਨੂੰ ਨਾਮ ਕੁਛ ਨਹੀਂ ਪਤਾ ਲੱਗਦਾ ਆ। ਨਾਂ ਨਹੀਂ ਪਤਾ ਲੱਗਦਾ ਤੇ ਤੁਹਾਨੂੰ ਕਿੱਦਾਂ ਪਤਾ ਵੀ ਉਹਨਾਂ ਦੀਆਂ ਮੱਝਾਂ ਉੱਥੇ ਆ? ਤੈਨੂੰ ਕਿਸੇ ਨੇ ਸੂਹ ਦਿੱਤੀ ਸੀਗੀ? ਸੂਹ ਨਹੀਂ ਦਿੱਤੀ ਸੀ, ਉਹ ਹਨ ਲਾਗੇ ਨੇ ਬੈਠੇ ਗਏ ਸੀ। ਅੱਛਾ, ਚੱਲ ਮੈਂ ਲਾਉਂਦਾ ਫੋਨ। ਸਾਰੰਗੜਾ ਦਾ ਪਿੰਡ ਦੇ ਸਰਪੰਚ ਨੂੰ ਫੋਨ ਲਾਉਣ ਲੱਗੇ ਹੁਣ ਅਸੀਂ। ਹੈਲੋ ਸਰ, ਸਤਿ ਸ਼੍ਰੀ ਅਕਾਲ। ਸਰ, ਸਾਰੰਗੜਾ ਪਿੰਡ ਤੋਂ ਸਰਪੰਚ ਸਾਹਿਬ ਬੋਲਦੇ ਜੀ? ਸਰ, ਅਸੀਂ ਨਾ ਬਾਬਾ ਰਤਨਦੇਵ ਸੇਵਾ ਸੋਸਾਇਟੀ ਤੋਂ ਬੋਲਦੇ ਹਾਂ, ਤਰਨ ਤਾਰਨ ਜ਼ਿਲ੍ਹੇ ਤੋਂ। ਅਸੀਂ ਨਾ ਇੱਕ ਚੋਰ ਫੜਿਆ ਵਾ ਬੰਦਾ, ਉਹਨੇ ਬੜੀਆਂ ਚੋਰੀਆਂ ਕੀਤੀਆਂ ਸੀਗੀਆਂ, ਉਹਦੇ ਤੋਂ ਚੋਰੀਆਂ ਵੀ ਬਕਾਈਆਂ ਵਾ, ਤਾਂ ਬਕਾਇਦਾ ਵਾਕਈ ਉੱਥੇ ਸ਼ਨਾਖਤ ਵੀ ਕੀਤੀ ਆ ਕਿ ਵਾਕਈ ਬੰਦੇ ਨੇ ਇਹ ਕੰਮ ਕੀਤੇ ਆ। ਕੋਈ ਤੁਹਾਡੇ ਪਿੰਡ 2 ਮਹੀਨੇ ਪਹਿਲਾਂ ਕੋਈ ਮੱਝਾਂ ਚੋਰੀ ਹੋਈਆਂ? 2 ਮਹੀਨੇ ਪਹਿਲਾਂ ਆਪਣੇ ਪਿੰਡ 2 ਮਹੀਨੇ ਪਹਿਲਾਂ 8-10 ਮੱਝਾਂ। 2 ਮਹੀਨੇ ਪਹਿਲਾਂ ਨਹੀਂ ਕੋਈ ਹੋਈਆਂ, ਪਿਛਲੇ ਸਾਲ ਸਿਆਲ ਦੇ ਵਿੱਚ ਹੋਈ ਚੋਰੀ। ਕਿੰਨੀਆਂ ਮੱਝਾਂ ਚੋਰੀ ਹੋਈਆਂ? ਹੋਈਆਂ ਮੱਝਾਂ ਚੋਰੀ ਭਲਾ? ਹੋਈ ਆ, ਇੱਕ ਦੇ ਸੁਰਿੰਦਰ ਸਿੰਘ ਕੋਈ ਸੜਕ ਦੇ ਲਾਗੇ ਘਰ ਆ, ਕੋਈ ਸੜਕ ਦੇ ਲਾਗੇ। ਉਹ ਸੜਕਾਂ ਦੇ, ਹੁਣ ਸਾਡਾ ਪਿੰਡ ਬੜਾ ਵੱਡਾ ਵਾ, ਸੜਕਾਂ ਦੇ ਹੈ ਹੀ ਬਹੁਤ ਨੇ, 10-11 ਸੜਕਾਂ ਨੇ। ਹਾਂਜੀ, ਕਿੰਨੀਆਂ ਮੱਝਾਂ ਚੋਰੀ ਕੀਤੀਆਂ ਸੀ? 10 ਮੱਝਾਂ ਚੋਰੀ ਕਿੰਨੀਆਂ ਕੀਤੀਆਂ ਸੀ ਕਹਿੰਦਾ? 10 ਮੱਝਾਂ ਨਹੀਂ ਨਹੀਂ ਇੰਨੀਆਂ ਮੱਝਾਂ ਗੱਠੀਆਂ ਚੋਰੀ ਨਹੀਂ ਸਾਡੇ ਪਿੰਡ ਹੋਈਆਂ। ਉਹਦੇ ਇੱਕ ਨਾ ਹੈਗਾ ਵਾ ਕੌਕੇ ਪਿੰਡ, ਉੱਥੋਂ 10 ਮੱਝਾਂ ਚੋਰੀ ਹੋਈਆਂ ਸੀ। ਕੌਕੇ ਤੋਂ ਕੀਤੀਆਂ? ਹਾਂਜੀ, ਕੌਕੇ ਪਿੰਡ ਤੋਂ ਕੀਤੀਆਂ ਮੱਝਾਂ ਚੋਰੀ। ਤੇ ਉਹਨਾਂ ਦੇ ਵਿੱਚ ਕੋਈ ਨੰਬਰ ਮਿਲ ਜਾਣਗੇ ਆਪਾਂ ਨੂੰ? ਕੌਕੇ ਉਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ਪਈ ਸੀ, ਇਹ ਨਾ ਘਰਿੰਡੇ ਥਾਣੇ ਦੇ ਵਿੱਚ ਨਾ ਕੌਕੇ ਪਿੰਡ ਤੋਂ, ਉੱਥੋਂ ਜ਼ਰੂਰ ਰਾਤ ਦਿੱਲੀ ਵੇਚੀਆਂ। ਕਿੰਨੀਆਂ? 100 ਮੱਝਾਂ ਚੋਰੀ ਕਰਕੇ ਦਿੱਲੀ ਵੇਚੀਆਂ। ਬਸ ਫਿਰ ਉਹ ਕੌਗੇ ਪਿੰਡ ਦੇ ਵਿੱਚੋਂ ਜਿਹੜੀਆਂ ਨੇ 40-50 ਮੱਝਾਂ ਚੋਰੀ ਹੋਈਆਂ ਨੇ। ਕੀਤੀਆਂ ਸੀ ਭਾਜੀ? ਉੱਥੋਂ ਦਾ ਕੋਈ ਐਡਰੈਸ ਮਿਲ ਜੂ ਕੌਕੇ ਪਿੰਡ ਦਾ ਕੋਈ?
ਠੀਕ ਹੈ, ਧੰਨਵਾਦ ਵੀਰ ਜੀ। ਵੈਸੇ ਤੁਹਾਡੇ ਪਿੰਡੋਂ ਵੀ ਚੋਰੀਆਂ ਹੋਈਆਂ, ਭਾਵੇਂ ਦੋ ਕੀ ਹੋਈਆਂ ਹੋਣਗੀਆਂ, ਤੁਹਾਡੇ ਪਿੰਡੋਂ ਵੀ ਚੋਰੀ ਕੀਤੀਆਂ ਜਿੰਨਾ ਘਰੋਂ ਚੋਰੀ ਹੋਈਆਂ ਨਾ, ਬੇਨਤੀ ਹੈ ਕਿ ਉਹਨਾਂ ਦਾ ਵੀ ਨੰਬਰ ਦੇ ਦਿਓ। ਠੀਕ ਹੈ ਜੀ, ਮੈਂ ਤੁਹਾਨੂੰ ਨਾ ਸਾਰੇ ਲਿਖ ਕੇ ਇਹਦੇ ਵਟਸਐਪ ਕਰ ਦਿੰਦਾ, ਤੁਹਾਡੇ ਇਸ ਨੰਬਰ ਤੇ ਚੱਲਦਾ? ਹਾਂਜੀ ਹਾਂਜੀ ਚੱਲਦਾ ਜੀ। ਇਹ ਨਾ ਆਪਣੀ ਸੰਸਥਾ ਵਾ ਬਾਬਾ ਰਤਨਦੇਵ, ਲਿਖ ਕੇ ਨਾ ਯੂਟਿਊਬ ਤੇ ਸਰਚ ਮਾਰਿਓ। ਕੱਲ ਇਹ ਨਾ 5-6 ਦਿਨ ਹੋ ਗਏ ਇੱਕ ਬੰਦਾ ਫੜਿਆ ਵਾ, ਉਹ ਬੰਦਾ ਲੋਕਾਂ ਨੂੰ ਬੜਾ ਬੇਵਕੂਫ ਬਣਾਉਂਦਾ ਸੀ, ਬੜੀਆਂ ਤੇ ਹਾਈ ਅਸੀਂ ਉਹਨੂੰ ਪਲਾਨ ਬਣਾ ਕੇ ਅਸੀਂ ਉਸਨੂੰ ਫੜ ਲਿਆ। ਠੀਕ ਹੈ ਜੀ, ਜਿੱਥੋਂ ਵੀ ਫੋਨ ਲਾਈਦਾ ਨਾ, ਹੁਣ ਵੱਲ ਹੁਣ ਮੈਂ ਤੁਹਾਨੂੰ ਜਾਣਦਾ ਨਹੀਂ ਹੈ, ਜਿੱਥੇ ਵੀ ਫੋਨ ਲਾਈਦਾ ਵਾਕਈ ਉਹ ਬੰਦੇ ਕਹਿੰਦੇ ਵੀਰ ਜੀ ਸਾਡੇ ਨਾਲ ਇਹਨੇ ਫਰੋਡ ਕੀਤਾ, ਇਹਦੀਆਂ ਵੀਡੀਓ ਵਿਖਾਈਆਂ ਜਦੋਂ, ਕਈਆਂ ਥਾਈਂ ਇਹਨੇ ਕੁੱਟ ਵੀ ਖਾਧੀ ਆ, ਤੇ ਜ਼ਰੂਰ ਮੈਨੂੰ ਚਲੋ ਕੌਕੇ ਵਾਲੇ ਬੰਦੇ ਦਾ ਵੀ ਦੱਸ ਦਿਓ। ਮੈਂ ਕੌਕਿਆਂ ਵਾਲਿਆਂ ਦਾ ਵੀ ਤੁਹਾਨੂੰ ਨੰਬਰ ਦੇ ਦਿੰਦੇ ਆ, ਤੇ ਸਾਡੇ ਪਿੰਡੋਂ ਵੀ ਜਿਹੜੇ ਇੱਕ ਦੋ ਥਾਵਾਂ ਤੋਂ ਚੋਰੀਆਂ ਮੱਝਾਂ ਦੀਆਂ ਹੋਈਆਂ ਨੇ ਨਾ, ਹਾਂਜੀ ਉਹਨਾਂ ਦੇ ਵੀ ਨੰਬਰ ਅਸੀਂ ਤੁਹਾਨੂੰ ਜਿਹੜੇ ਉਹ ਸਾਰੇ ਦੇ ਦਿੰਦੇ। ਓਕੇ ਓਕੇ ਓਕੇ, ਕੌਕੇ ਪਿੰਡ ਕਿੱਥੇ ਕੁ ਪੈਂਦਾ ਜੀ? ਇਹ ਕੌਕੇ ਪਿੰਡ ਭਾਜੀ ਹਾਈਵੇ ਦੇ ਉੱਤੇ ਆ। ਨਹੀਂ ਮਤਲਬ ਕਿ ਜਦੋਂ ਆਪਾਂ ਅੰਮ੍ਰਿਤਸਰ ਤੋਂ ਕਿੱਧਰ ਆਉਣਾ? ਜਦੋਂ ਆਪਾਂ ਅੰਮ੍ਰਿਤਸਰ ਤੋਂ ਅਟਾਰੀ ਨੂੰ ਜਾਈਦਾ ਵਾ, ਤੇ ਅਟਾਰੀ ਦੇ ਕੋਲ ਹੀ ਆ। ਅੱਛਾ, ਅਟਾਰੀ ਦੇ ਕੋਲ ਹੀ ਆ ਕੌਕੇ? ਹਾਂ, ਘਰਿੰਡਾ ਥਾਣਾ ਲੱਗਦਾ ਹੈ ਜੀ ਇਹਨੂੰ। ਅੱਛਾ, ਘਰਿੰਡਾ ਥਾਣਾ, ਠੀਕ ਹੈ ਠੀਕ ਹੈ। ਉਧਰਲੇ ਬੰਨੇ ਬਾਬਾ ਬੁੱਢਾ ਸਾਹਿਬ ਤੋਂ ਜਿਹੜੀ ਜਾਂਦੀ ਹੈ ਅਟਾਰੀ ਨੂੰ, ਠੀਕ ਹੈ ਜੀ। ਬਾਬਾ ਬੁੱਢਾ ਨਹੀਂ, ਉਸ ਰੋਡ ਤੇ ਨਹੀਂ ਆ, ਬਾਬਾ ਬੁੱਢਾ ਸਾਹਿਬ ਤੋਂ ਜਿਹੜੀ ਜਾਂਦੀ ਹੈ ਨਾ, ਉਹਦੇ ਵਿੱਚੋਂ ਛੋਟੀ ਸੜਕ ਜਾਂਦੀ ਆ, ਉਹ ਵੀ ਘਰਿੰਡੇ ਤੋਂ ਨਿਕਲਦੀ ਆ। ਘਰਿੰਡੇ ਦਾ ਤਾਂ ਮੈਨੂੰ ਪਤਾ ਨਾ, ਘਰਿੰਡਾ ਤੇ ਮੈਂ ਗਿਆ ਵੀ ਆ। ਬਸ ਬਸ, ਉੱਥੇ ਘਰਿੰਡੇ ਤੋਂ ਜਦੋਂ ਆਪਾਂ ਅਟਾਰੀ ਨੂੰ ਜਾਂਦੇ ਆ ਨਾ, ਮੇਨ ਵੱਡੇ ਹਾਈਵੇ ਤੇ। ਅੱਛਾ ਜੀ, ਤੇ ਘਰਿੰਡੇ ਤੋਂ ਅਗਲਾ ਹੀ ਪਿੰਡ ਆ ਜਾਂਦਾ ਵਾ। ਓਕੇ ਓਕੇ, ਕਿੰਨੇ ਵਜੇ ਚੋਰੀ ਕੀਤਾ ਕੌਕੇ ਤੋਂ? ਆ ਗਿਆ ਨਾ ਹੁਣ ਉਹਨਾਂ ਦਾ ਨੰਬਰ, ਆ ਗਿਆ ਨਾ, ਗੱਲ ਹੋ ਗਈ ਨਾ, ਦੱਸ ਉਹਨਾਂ ਵੀ ਦੇਣਾ। ਕਿੰਨੀਆਂ ਮੱਝਾਂ ਚੋਰੀ ਕੀਤੀਆਂ ਉੱਥੇ? ਹੈਂ, ਇੱਕੋ ਪਿੰਡ 'ਚ? ਹਾਂਜੀ। ਇੰਨੀਆਂ ਮੱਝਾਂ ਇੱਕੇ ਦਮ ਕਿੱਦਾਂ ਚੋਰੀ ਕਰ ਲਈਆਂ? 100 ਮੱਝਾਂ ਇੱਕੇ ਦਮ, ਇੰਨੇ ਇੱਕ ਪਿੰਡ 'ਚ, ਇੱਕੇ ਦਮ ਪਿੰਡ 'ਚ ਇੰਨੀਆਂ ਮੱਝਾਂ ਚੋਰੀ ਹੋ ਸਕਦੀਆਂ? ਹਾਂ, 30-40 ਤਾਂ ਉਹ ਵੀ ਆਖਣ ਡਿਆ ਕਿ ਇਸ ਤਰੀਕੇ ਨਾਲ ਹੋ ਸਕਦਾ ਕਰ ਲੈਣ, ਗਰੋਹ ਨੇ ਕਰ ਲਈਆਂ ਹੁਣ ਵੀ ਕਿ ਗਰੋਹ ਨੇ ਕਿੱਦਾਂ ਚੋਰੀ ਕਰ ਲਈਆਂ ਇੱਕੋ ਇੱਕੋ ਦਿਨ 'ਚ। ਉਹਨਾਂ ਸਭ ਕੁਝ ਦੱਸ ਦੇਣਾ ਮੈਨੂੰ ਸੱਚ, ਤੇ ਮੈਂ ਉਹਨਾਂ ਦੇ ਹਵਾਲੇ ਜੇ ਕਰਤਾ ਨਾ ਤੈਨੂੰ, ਤੇ ਪੁੱਤ ਉਹਨਾਂ ਤੈਨੂੰ ਕੁੱਟਣਾ ਬੜਾ ਹੀ, ਜੇ ਉਹਨਾਂ ਦੇ ਹਵਾਲੇ ਮੈਂ ਕਰਤਾ ਜਿਨ੍ਹਾਂ ਦੀਆਂ ਮੱਝਾਂ ਚੋਰੀ ਹੋਈਆਂ, ਉਹਨਾਂ ਨੇ ਤੈਨੂੰ ਵੇਖਣਾ ਨਹੀਂ, ਤੈਨੂੰ ਤੂੰ ਰੋਣ ਡਿਆ ਵਾ ਜੇ ਤੇਰੇ ਕਿਤੇ ਵੱਜਣ ਡਈ ਆ, ਉਹਨਾਂ ਤੇਰਾ ਮਾਰ ਮਾਰ ਕੇ ਚੂੰਬਰ ਕੱਢਣਾ ਸੀ ਪਹਿਲਾਂ, ਫਿਰ ਤੈਨੂੰ ਥਾਣੇ ਫੜਾਉਣਾ ਜੀ। ਦੱਸ ਕਿੰਨੀਆਂ ਮੱਝਾਂ ਚੋਰੀ ਕੀਤੀਆਂ ਉੱਥੋਂ ਅਤੇ ਕਿੱਦਾਂ ਕਿੱਦਾਂ ਕੀਤੀਆਂ ਇਹ ਦੱਸ। ਕਿੰਨੀਆਂ ਦੱਸ? ਦਸ ਮੱਝਾਂ ਚੋਰੀ ਕਰਦੇ? ਕਿਹੜੀ ਜਗ੍ਹਾ ਤੋਂ ਬੋਲਦੇ ਭਾਈ ਤੁਸੀਂ? ਕੌਕੇ ਤੋਂ ਬੋਲਦੇ ਆ ਤੇ। ਹਾਂਜੀ, ਹੁਕਮ ਕਰੋ ਵੀਰ ਜੀ। ਹਾਂਜੀ, ਹਾਂ ਅਸੀਂ ਨਾ ਇੱਕ ਨਾ ਵੀਰ ਜੀ ਚੋਰ ਫੜਿਆ ਵਾ, ਹਫ਼ਤਾ ਹੋ ਗਿਆ ਫੜੇ ਨੂੰ, ਠੀਕ ਹੈ ਜੀ। ਉਹਨੇ ਨਾ ਮਤਲਬ ਕਿ ਬਹੁਤ ਲੋਕਾਂ ਤੋਂ ਕਿਸੇ ਦਾ ਪਰਸ ਚੋਰੀ ਕੀਤਾ, ਕਿਤੋਂ ਮੱਝਾਂ ਚੋਰੀ ਕੀਤੀਆਂ, ਕਿਤੋਂ ਲੋਕਾਂ ਤੋਂ ਪੈਸੇ ਵੈਸੇ ਠੱਗੇ, ਠੀਕ ਹੈ ਜੀ। ਅਤੇ ਇਹਦੇ ਤੋਂ ਅਸੀਂ ਬਕਾਇਆ ਸੀਗਾ ਇਹਦੇ ਤੋਂ, ਅਤੇ ਇਹ ਕਹਿੰਦਾ ਕਿ ਮੈਂ ਮੱਝਾਂ ਵੀ ਚੋਰੀ ਕੀਤੀਆਂ ਵਾਂ, ਅਤੇ ਤੁਹਾਡੇ ਪਿੰਡ ਦਾ ਨਾਂ ਲਿਆ ਕੌਕੇ ਪਿੰਡ ਦਾ, ਕਿ ਆਪਣੇ ਕਿਸੇ ਦੇ ਮੱਝਾਂ ਚੋਰੀ ਹੋਈਆਂ ਵਾ ਅੱਜ ਤੋਂ ਥੋੜ੍ਹਾ ਚਿਰ ਪਹਿਲਾਂ, ਹੋ ਜਾਵੇ ਬਹੁਤ ਸਾਰੀਆਂ ਮੱਝਾਂ ਚੋਰੀ ਆ। ਕਿੰਨੀਆਂ ਮੱਝਾਂ ਚੋਰੀ? ਕਿੰਨੀ? ਅੱਛਾ, 3 ਮੱਝਾਂ ਢਾਡੀ ਚੋਰੀ ਹੋਈਆਂ ਵਾ, ਤੇ ਇੱਕੇ ਰਾਤ 'ਚ ਹੋਈਆਂ ਭਾਅ ਜੀ? ਇੱਕੇ ਰਾਤ 'ਚ? ਇੱਕੇ ਰਾਤ 'ਚ ਹੋਈਆਂ। ਬਸ ਇਹ ਬੰਦਾ ਮੰਨਣ ਡਿਆ ਵਾ, ਇਹਨੇ ਖੁਦ ਕਿਹਾ ਵੀ ਇੱਕੇ ਰਾਤ 'ਚ ਅਸੀਂ ਮੱਝਾਂ ਚੋਰੀ ਕੀਤੀਆਂ। ਅਸੀਂ ਕਿੰਨੇ ਜਾਣੇ ਤੁਸੀਂ ਇੱਧਰ ਆਏ?
ਕਿੰਨੇ ਜਾਣੇ ਸੀ ਤੁਸੀਂ? ਹਾਂਜੀ ਕਹਿੰਦਾ ਅਸੀਂ 20 ਜਾਣੇ ਸੀਗੇ। ਹਾਂਜੀ ਕਾਹਦੇ ਗਏ ਸੀ ਤੁਸੀਂ? ਭਾਜੀ 100 ਮੱਝਾਂ ਮੰਨਿਆ ਬੰਦਾ। ਵਾਹਿਗੁਰੂ ਤੁਹਾਨੂੰ ਗੁਰੂ ਰਾਮਦਾਸ। ਤੇ ਕਿੱਦਾਂ ਫਿਰ ਬੰਦਾ ਬੰਦਾ ਤੇ ਮੈਂ ਫੜ ਲਿਆ, ਹੁਣ ਦੱਸੋ ਕੀ ਕਰਨਾ ਉਹਦਾ? ਅਸੀਂ ਕੋਈ ਗੱਲ ਨੀ, ਮੈਂ ਸਵੇਰੇ ਲੈ ਕੇ ਆ ਜਾਊ ਤੁਹਾਡੇ ਕੋਲ, ਜੇ ਕਹਿੰਦੇ ਮੈਂ ਹੁਣ ਲੈ ਕੇ ਆਏ ਨਾ। ਅਸੀਂ ਭਾਜੀ ਹਰੀ ਕੇ ਪੱਤਣ ਤੋਂ ਹਾਂ। ਹਾਂਜੀ ਮਰਾਣਾ ਪਿੰਡ ਆਪਣਾ ਹਰੀ ਕੇ ਪੱਤਣ ਦੇ ਕੋਲ। ਹਾਂਜੀ ਅਨਾਥ ਆਸ਼ਰਮ ਆਪਣੀ ਸੰਸਥਾ, ਮੇਰੀਆਂ ਵੀਡੀਓ ਆਉਂਦੀਆਂ ਰਹਿੰਦੀਆਂ। ਤੇ ਮੈਂ ਇਹ ਪੁੱਛਣਾ ਚਾਹੂੰਗਾ ਤੁਹਾਡੇ ਕੋਲੋਂ ਕਿ ਕਿੱਦਾਂ ਕੋਈ ਬੰਦਾ ਫਿਰ ਤੁਹਾਨੂੰ ਲੱਭਾ ਸੀ, ਕੋਈ ਸੁਰਾਗ ਲੱਭਾ ਸੀ ਕੋਈ ਕੁਝ? ਬੰਦੇ ਫੜ ਲਏ ਸੀ ਤੁਸੀਂ? ਇਹਨੇ ਆਪ ਮੂੰਹ ਕਿਹਾ ਵੀ ਅਸੀਂ ਇਸ ਪਿੰਡੋਂ ਕੌਕੇ ਪਿੰਡ ਚੋਂ ਬਹੁਤ ਸਾਰੀਆਂ ਮੱਝਾਂ ਚੋਰੀ ਕੀਤੀਆਂ। ਢੱਡਾ ਭਲਾ ਜੀ, ਮੈਂ ਤਾਂ ਫਿਰ ਪਿੰਡ ਹੀ ਲੈ ਕੇ ਆਉਣਾ, ਜਿਹਨੇ ਜਿਹਨੇ ਦੀ ਚੋਰੀ ਹੋਈਆਂ ਫਿਰ ਸਾਰਿਆਂ ਨੂੰ ਬੁਲਾਊਂਗਾ। ਹਾਂ ਮੈਂ ਸਵੇਰੇ ਆਊਂਗਾ ਤੁਹਾਡੇ ਕੋਲ ਜੀ, ਫਿਰ ਤੁਸੀਂ ਜਾਣੋ ਤੇ ਫਿਰ ਇਹ ਜਾਣੇ। ਹਾਂ ਸਵੇਰੇ ਮੈਂ ਲੈ ਕੇ ਆਊਂ ਇਹਨੂੰ, ਕਿਉਂਕਿ ਹੁਣ ਲਿਆਂਦਾ ਤੇ ਹੁਣ ਹਨੇਰਾ ਹੋ ਜਾਣਾ ਵਾ, ਸਵੇਰੇ ਮੈਂ ਲੈ ਕੇ ਆਊਂਗਾ। ਓਕੇ ਧੰਨਵਾਦ ਜੀ। ਹਾਂਜੀ ਜਿਹੜੇ ਵੀਰ ਕਹਿੰਦੇ ਸੀਗੇ ਕਿ ਵੀਰ ਜੀ ਤੁਸੀਂ ਭਗਤ ਨੂੰ ਫੜਿਆ, ਠੀਕ ਆ, ਜਾਂ ਭਗਤ ਦੀ ਕਰਤੂਤ ਵੇਖ ਲਓ ਕਤੀੜ ਦੀ, ਇੱਕੋ ਪਿੰਡ ਦੇ ਵਿੱਚੋਂ ਤਿੰਨਾਂ ਦਿਨਾਂ ਦੇ ਵਿੱਚ 35-40 ਮੱਝਾਂ ਚੋਰੀ ਕੀਤੀਆਂ ਇਸ ਬੰਦੇ ਨੇ, ਕੀਤੀਆਂ ਕਿ ਨਹੀਂ ਕੀਤੀਆਂ? ਅਤੇ ਵੇਖ ਲਾ ਉਸ ਪਿੰਡੋਂ ਮੈਨੂੰ ਫੋਨ ਵੀ ਆ ਗਏ ਆ, ਉਹ ਪਿੰਡੋਂ ਮੈਨੂੰ ਫੋਨ ਵੀ ਆ ਗਏ ਆ, ਉਹ ਤੁਹਾਨੂੰ ਸਵੇਰੇ ਤੇਰਾ ਵੇਖੀ ਕੀ ਬਣਦਾ ਹੁਣ। ਹੋਰ ਦੱਸ ਤੂੰ ਕਿੱਥੋਂ ਕੀ ਚੋਰੀ ਕੀਤਾ? ਦੱਸ ਮੱਝਾਂ ਚੋਰੀ ਕੀਤੀਆਂ, ਹੋਰ ਦੱਸ ਕਿੱਥੋਂ ਅਤੇ ਕੀ ਚੋਰੀ ਕੀਤਾ ਇਹ? ਹਾਂਜੀ ਵੀਰੋ, ਤੁਸੀਂ ਸਾਡੀ ਵੀਡੀਓ ਵੇਖ ਹੀ ਲਈ ਆ ਕਿੱਦਾਂ ਇਹਨੇ ਇੱਕੋ ਪਿੰਡ ਦੇ ਵਿੱਚੋਂ ਆਪਣੇ ਗਰੋਹ ਦੇ ਨਾਲ ਰਲ ਕੇ 35-40 ਮੱਝਾਂ ਚੋਰੀ ਕੀਤੀਆਂ। ਅਤੇ ਹੋਰ ਵੀ ਕਈ ਭਰਾਵਾਂ ਦੇ ਫੋਨ ਆਉਣਗੇ ਇਸ ਵੀਡੀਓ ਨੂੰ ਵੇਖ ਕੇ। ਵੀਰੋ ਤੁਸੀਂ ਵੀ ਦੱਸਿਓ ਵੀ ਤੁਹਾਡੇ ਨਾਲ ਇਹਨੇ ਕੀ ਠੱਗੀ ਮਾਰੀ ਆ। ਹੁਣ ਅਸੀਂ ਇਹਨੂੰ ਸਵੇਰੇ ਜਿਹੜੇ ਇਸ ਪਿੰਡ ਦੇ ਵਿੱਚ ਲੈ ਕੇ ਚੱਲੇ ਹਾਂ, ਅਤੇ ਜ਼ਰੂਰ ਕੋਈ ਵੀਰ ਭਰਾ ਨਾਲ ਜੇਕਰ ਠੱਗੀ ਠੋਰੀ ਮਾਰੀ ਹੋਈ ਤਾਂ ਇਸ ਪਿੰਡ ਦੇ ਵਿੱਚ ਜ਼ਰੂਰ ਸਾਡੇ ਨਾਲ ਪਹੁੰਚਿਓ ਜੀ, ਸਵੇਰੇ ਪਹੁੰਚਾਂਗੇ ਜੀ। ਲਗਭਗ 11 ਤਰੀਕ ਹੋਣੀ ਆ ਸਵੇਰੇ, ਅਤੇ ਸਵੇਰੇ ਆਪਾਂ ਪਹੁੰਚਣਾ ਜੀ ਇਹਦੇ ਪਿੰਡ।